सब्सक्राइब करो चढ़दिकला टाइम टीवी नू ते लेटेस्ट अपडेट पाउन लई प्रेस करो बेल आइकन। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਖਬਰਾਂ ਦੇ ਇਸ ਬੁਲਟਨ 'ਚ। ਮੈਂ ਤੁਹਾਡਾ ਰੋਮਨ ਬਾਜਵਾ। ਬੁਲਟਨ ਦਾ ਆਗਾਜ਼ ਕਰਾਂਗੇ ਪਰ ਸਭ ਤੋਂ ਪਹਿਲੇ ਕੰਸਮਾਲੇ ਨੇ ਹੁਣ ਤੱਕ ਦੀਆਂ ਖਾਸ ਖਬਰਾਂ ਤੇ। ਅਯੋਧਿਆ ਵਿਵਾਦ ਮਾਮਲੇ ਤੇ ਸੁਪਰੀਮ ਕੋਰਟ ਦੇ ਫੈਸਲੇ ਤੇ ਪਾਕਿਸਤਾਨ ਦੀ ਟਿੱਪਣੀ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਦਿੱਤਾ ਬਿਆਨ, ਕਿਹਾ ਭਾਰਤ ਦੇ ਅੰਦਰੂਨੀ ਮਾਮਲੇ ਤੇ ਬੋਲਣ ਤੋਂ ਗੁਰੇਜ਼ ਕਰੇ ਪਾਕਿਸਤਾਨ। ਕਰਤਾਰਪੁਰ ਲਾਂਘੇ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੇ ਦੂਜੇ ਜਥੇ ਨੇ ਕੀਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ, ਜਥੇ ਵਿੱਚ ਸ਼ਾਮਲ ਰਹੇ 169 ਸ਼ਰਧਾਲੂ। ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿੱਤਾ ਵੱਡਾ ਬਿਆਨ, ਕਿਹਾ ਲਾਂਘਾ ਖੋਲ੍ਹਣਾ ਇੱਕ ਇਤਿਹਾਸਿਕ ਅਤੇ ਵੱਡਾ ਕਦਮ। ਪਾਕਿਸਤਾਨੀ ਅਤੇ ਭਾਰਤੀ ਪ੍ਰਧਾਨ ਮੰਤਰੀਆਂ ਦੀ ਕੀਤੀ ਤਾਰੀਫ਼। ਅਯੋਧਿਆ ਵਿਵਾਦ ਤੇ ਆਏ ਸੁਪਰੀਮ ਕੋਰਟ ਦੇ ਫੈਸਲੇ ਤੇ ਪਾਕਿਸਤਾਨ ਦੀ ਟਿੱਪਣੀ ਨੂੰ ਲੈ ਕੇ ਵਿਦੇਸ਼ ਮੰਤਰਾਲੇ ਤੋਂ ਬਿਆਨ ਆਇਆ। ਮੰਤਰਾਲੇ ਨੇ ਕਿਹਾ ਕਿ ਸਿਵਲ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਤੇ ਪਾਕਿਸਤਾਨ ਵੱਲੋਂ ਕੀਤੀ ਗਈ ਢੁਕਵੀਂ ਅਤੇ ਗੰਭੀਰ ਟਿੱਪਣੀਆਂ ਨੂੰ ਅਸੀਂ ਅਸਵੀਕਾਰ ਕਰਦੇ ਹਾਂ, ਕਿਉਂਕਿ ਇਹ ਜੋ ਭਾਰਤ ਦੇ ਲਈ ਪੂਰੀ ਤਰ੍ਹਾਂ ਨਾਲ ਅੰਦਰੂਨੀ ਮਾਮਲਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਸਾਰੇ ਧਰਮਾਂ ਅਵਧਾਰਨਾਵਾਂ ਦੇ ਕਾਨੂੰਨ ਅਤੇ ਬਰਾਬਰ ਸਨਮਾਨ ਦੇ ਸ਼ਾਸਨ ਨਾਲ ਸੰਬੰਧਿਤ ਨੇ, ਜੋ ਉਹਨਾਂ ਦੇ ਲੋਕਾਚਾਰ ਦਾ ਹਿੱਸਾ ਨਹੀਂ ਨੇ। ਇਸ ਲਈ ਇਸ ਦੇ ਪਾਕਿਸਤਾਨ ਦੀ ਸਮਝ ਦੀ ਕਮੀ ਹੈਰਾਨੀਜਨਕ ਨਹੀਂ ਹੈ। ਨਫ਼ਰਤ ਫੈਲਾਉਣ ਦੇ ਸਪਸ਼ਟ ਇਰਾਦੇ ਨਾਲ ਸਾਡੇ ਅੰਤਰਿਕ ਮਾਮਲਿਆਂ ਤੇ ਟਿੱਪਣੀ ਕਰਨ ਦੇ ਲਈ ਉਹਨਾਂ ਪੈਥੋਲੋਜੀਕਲ ਮਜ਼ਬੂਰੀ ਨਿੰਦਣਯੋਗ ਹੈ। ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਵਿੱਚ ਕਾਂਗਰਸ ਤੋਂ ਕੱਢੇ ਜਾਣ ਤੋਂ ਬਾਅਦ ਅਯੋਗ ਐਲਾਨ ਕੀਤੇ ਗਏ ਵਿਧਾਇਕ ਰੋਸ਼ਨ ਬੇਗ ਨੇ ਕਿਹਾ ਕਿ ਅਯੋਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ 'ਚ ਸਵੈ ਇੱਛਾ ਨਾਲ ਸਹਿਯੋਗ ਕਰਨਗੇ। ਰੋਸ਼ਨ ਬੇਗ ਨੇ ਕਿਹਾ ਕਿ ਤੁਸੀਂ ਰਾਮ ਮੰਦਰ ਬਣਾਓ, ਅਸੀਂ ਵੀ ਸਾਥ ਦਿਆਂਗੇ, ਕਿਰਪਾ ਕਰਕੇ ਸਾਨੂੰ ਵੀ ਨਾਲ ਰੱਖੋ, ਸਾਨੂੰ ਮਿਲਣ ਵਾਲੀ ਜ਼ਮੀਨ ਤੇ ਮਸਜਿਦ ਨਿਰਮਾਣ ਵਿੱਚ ਅਸੀਂ ਤੁਹਾਡਾ ਸਾਥ ਚਾਹਾਂਗੇ। 8 ਵਾਰ ਵਿਧਾਇਕ ਰਹੇ ਰੋਸ਼ਨ ਬੇਗ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਮੰਦਿਰ ਅਤੇ ਮਸਜਿਦ ਬਣਾਵਾਂਗੇ। ਉੱਥੇ ਹੀ ਬੇਗ ਨੇ ਅਯੋਧਿਆ ਮਾਮਲੇ ਵਿੱਚ ਮੁਸਲਿਮ ਪਟੀਸ਼ਨਕਰਤਾਵਾਂ ਤੋਂ ਫੈਸਲੇ ਨੂੰ ਚੁਣੌਤੀ ਨਾ ਦੇਣ ਦੀ ਅਪੀਲ ਕੀਤੀ ਹੈ। ਕਰਤਾਰਪੁਰ ਲਾਂਘੇ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਸੰਬੰਧੀ ਦੂਜਾ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ। ਇਸ ਮੌਕੇ ਸਿੱਖ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। 169 ਸ਼ਰਧਾਲੂਆਂ ਦਾ ਦੂਜਾ ਜਥਾ ਰਵਾਨਾ ਹੋਇਆ ਤੇ ਸੰਗਤਾਂ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਇਹ ਲਾਂਘਾ ਖੋਲਿਆ ਗਿਆ ਹੈ, ਉਹਨਾਂ ਦੀ ਦਿਲੀ ਇੱਛਾ ਸੀ ਕਿ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣ। ਇੱਥੇ ਦੱਸ ਦਈਏ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੀ ਸੰਗਤ ਲਈ ਪਾਸਪੋਰਟ ਨਾਲ ਲੈ ਕੇ ਜਾਣਾ ਜ਼ਰੂਰੀ ਹੋਇਆ। ਮੈਂ ਨਾ ਅਮਰਦੀਪ ਸਿੰਘ, ਮੈਂ ਬੰਬੇ ਤੋਂ ਆਇਆ ਤੇ ਜਿਸ ਦਿਨ ਕਰਤਾਰਪੁਰ ਸਾਹਿਬ ਦਾ ਓਪਨਿੰਗ ਹੋਈ ਸੀ ਆਨਲਾਈਨ, ਮੈਂ ਅਗਲੇ ਦਿਨ ਸਵੇਰੇ ਹੀ ਬੁਕਿੰਗ ਕਰਾਇਆ ਸੀ, ਕਿਉਂਕਿ ਮੈਨੂੰ ਪਾਕਿਸਤਾਨ 550 ਸਾਲ ਤੇ ਜਾਣ ਦਾ ਮਤਲਬ ਮੇਰੀ ਇੱਛਾ ਸੀ 18-19 ਸਾਲ ਪਹਿਲਾਂ ਤੋਂ ਕਿ ਮੈਂ ਜਾਣਾ ਹੀ ਜਾਣਾ ਤੇ ਬਾਬੇ ਨੇ ਕਿਰਪਾ ਕੀਤੀ, ਹੁਣ ਆਪਾਂ ਚੱਲੇ ਆ, ਇਸ ਤੋਂ ਹੋਰ ਕੁਛ ਹੈਗਾ ਹੀ ਨਹੀਂ ਕੋਈ ਖੁਸ਼ੀ ਦੀ ਗੱਲ। ਕੀ ਮਨ ਚ ਉੱਥੇ ਨੇ ਬਲਬਲੇ ਨੂੰ ਕਹਿੰਦੇ? ਮਨ ਚ ਇਹ ਕਿ ਸਭ ਤੋਂ ਪਹਿਲਾਂ ਜਾ ਕੇ ਉੱਥੇ ਸਾਰਿਆਂ ਦਾ ਸ਼ੁਕਰੀਆ ਕਰਾਂ ਕਿ ਉਹਨਾਂ ਸਾਨੂੰ ਆਣ ਦਿੱਤਾ, ਸਾਨੂੰ ਇੰਨੇ ਸਾਲਾਂ ਤੋਂ ਆਪਾਂ ਉਡੀਕ ਕਰਦੇ ਹੋਏ ਸੀ ਕਿ ਜਾ ਕੇ ਦਰਸ਼ਨ ਕਰੀਏ ਗੁਰੂ ਨਾਨਕ ਦੇਵ ਜੀ ਦੇ, ਹੁਣ ਆਪਾਂ ਜਾ ਕੇ ਕਰਾਂਗੇ। ਜਿੱਥੇ ਬਾਬੇ 7-8 ਸਾਲ ਬਿਤਾਰੇ ਉੱਥੇ ਜਾ ਕੇ ਆਪਾਂ ਵੇਖਾਂਗੇ ਕਿ ਕਿਹੋ ਜਿਹਾ ਉਹਨਾਂ ਨੇ ਸਮਾਂ ਬਤੀਤ ਕੀਤਾ, ਕਿਵੇਂ ਕਿਸਾਨੀ ਕੀਤੀ, ਕਿਵੇਂ ਨਾਮ ਜਪਣਾ, ਵੰਡ ਛਕਣਾ ਤੇ ਕਿਰਤ ਕਰਨ ਦੀ ਜਾਂਚ ਗੁਰੂ ਨਾਨਕ ਦੇਵ ਜੀ ਨੇ ਕੀਤੀ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਤੋਂ ਬਾਅਦ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਗੀ ਤੋਂ ਲੈ ਕੇ ਵਾਪਸੀ ਤੱਕ ਦਾ ਦ੍ਰਿਸ਼ ਦਿਖਾਇਆ ਗਿਆ। ਮੁੱਖ ਮੰਤਰੀ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਮੇਤ ਕੈਬਨਿਟ ਮੰਤਰੀ ਵੀ ਮੌਜੂਦ ਰਹੇ। ਉਧਰ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜੱਖ ਨੇ ਵੀ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਲਾਂਘਾ ਖੋਲ੍ਹਣਾ ਇੱਕ ਇਤਿਹਾਸਿਕ ਅਤੇ ਵੱਡਾ ਕਦਮ ਹੈ। ਉਹਨਾਂ ਪਾਕਿਸਤਾਨੀ ਅਤੇ ਭਾਰਤੀ ਪ੍ਰਧਾਨ ਮੰਤਰੀਆਂ ਦੀ ਤਾਰੀਫ਼ ਕੀਤੀ। ਜਾਖੜ ਨੇ ਲਾਂਘੇ ਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੰਦੇ ਕਿਹਾ ਕਿ ਕਿਸੇ ਕੱਟੜ ਦੇ ਕਹਿਣ ਨਾਲ ਲਾਂਘੇ ਬੰਦ ਨਹੀਂ ਹੋਣੇ ਚਾਹੀਦੇ।
ਬਹੁਤ ਬੜੀਆ, ਮੈਂ ਸਮਝਦਾ ਵੀ ਇੱਕ ਬਹੁਤ ਹੀ ਇਟਸ ਨੋਟ ਅ ਸਮਾਲ ਸਟੈਪ, ਜਿਵੇਂ ਕਹਿੰਦੇ ਨਾ ਸਮਾਲ ਸਟੈਪ ਇਜ਼ ਅ ਨੋਟ ਅ ਸਮਾਲ, ਇਟਸ ਅ ਫਸਟ ਸਟੈਪ, ਇਜ਼ ਅ ਹਿਊਜ ਸਟੈਪ, ਬਹੁਤ ਵੱਡਾ ਕਦਮ ਚੱਕਿਆ ਇਮਰਾਨ ਖਾਨ ਜੀ ਨੇ। ਉਹਨਾਂ ਦੀ ਜਿਸ ਸਥਿਤੀ ਦੇ ਵਿੱਚ ਪੋਲੀਟੀਕਲ ਜਿਹੜੀ ਕੰਪਲਸ਼ਨਸ ਉਹਨਾਂ ਦੀਆਂ ਹੈਗੀਆਂ, ਆਰਮੀ ਨਾਲ ਵੀ ਉਹਨਾਂ ਨੂੰ ਜੂਝਣਾ ਪੈਂਦਾ, ਪੂਰੀ ਅਥਾਰਟੀ ਉਹਨਾਂ ਕੋਲ ਹੈ ਨਹੀਂ, ਉਹਦੇ ਬਾਵਜੂਦ ਉਹਨਾਂ ਨੇ ਇੱਕ ਵੱਡਾ ਫੈਸਲਾ ਲਿਆ, ਉਹਦੀ ਮੈਂ ਸ਼ਲਾਘਾ ਕਰਦਾ, ਧੰਨਵਾਦੀ ਹਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ, ਜਿਨ੍ਹਾਂ ਨੇ ਇੰਨੇ ਸਾਰੇ ਖਦਸ਼ੇ ਹੋਣ ਦੇ ਬਾਵਜੂਦ ਇੱਕ ਹਾਂ ਪੱਖੀ ਹੁੰਗਾਰਾ ਦਿੱਤਾ ਇਮਰਾਨ ਖਾਨ ਜੀ ਦੀ ਇਸ ਪਹਿਲਕਦਮੀ ਨੂੰ, ਇਹ ਜਿਸ ਕਰਕੇ ਸੰਭਵ ਹੈ। ਬਾਕੀ ਜਿਹੜੀ ਗੱਲ ਮੈਂ ਹੁਣੇ ਕਹਿ ਕੇ ਆਇਆ ਵੀ ਹਮੇਸ਼ਾ ਉੱਥੇ ਜਿਸ ਕਿਸਮ ਦੇ ਫੰਡਾਮੈਂਟਲਿਸਟ ਬੈਠੇ ਹੈ, ਫਿਰਕਾ ਪ੍ਰਸਤਰ ਉੱਧਰ ਬੈਠੇ ਹੈ, ਸਾਡੇ ਬੈਠੇ ਹੈ, ਉਹਨਾਂ ਨੇ ਹਮੇਸ਼ਾ ਕੋਈ ਨਾ ਕੋਈ ਖਿਚੜੀ ਪਕਾਉਣੀ ਹੈ। ਇਹਦਾ ਮਤਲਬ ਆ ਨਹੀਂ ਵੀ ਆਪਾਂ ਲਾਂਘੇ ਖੋਲ੍ਹਣੇ ਬੰਦ ਕਰ ਦਈਏ ਜਾਂ ਗੱਲਬਾਤ ਬੰਦ ਕਰ ਦਈਏ, ਉਹਦੇ ਵਾਸਤੇ ਵੀ ਅਸੀਂ ਤਿਆਰ ਰਹੀਏ, ਆਪਦਾ ਰੱਖੀਏ ਸੰਭਾਲ ਕੇ, ਅਗਲੇ ਨੂੰ ਚੋਰ ਆ। ਇੱਕ ਪਾਸੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਹਰ ਕੋਈ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ, ਉੱਥੇ ਹੀ ਪੰਜਾਬ ਬੀਜੇਪੀ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਸਿੱਧੂ ਦੇ ਤਾਂਜ ਕੱਸਿਆ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦਾ ਬੁਲਾਰਾ। ਕਾਬਲੇ ਜ਼ਿਕਰ ਹੈ ਕਿ ਸ਼ਵੇਤ ਮਲਿਕ ਅੰਮ੍ਰਿਤਸਰ ਪੁੱਜੇ ਸਨ, ਜਿੱਥੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੋ ਮੋਬਾਈਲ ਮੈਡੀਕਲ ਵੈਨਾਂ ਨੂੰ ਰਵਾਨਾ ਕੀਤਾ। ਮਲਿਕ ਨੇ ਇਸ ਉਪਰਾਲੇ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਵੀ ਜਤਾਇਆ। ਮੈਂ ਵਧਾਈ ਦਿਆਂਗਾ ਕਿ ਪੁਰੀ ਸਾਹਿਬ ਨੂੰ, ਹਰਦੀਪ ਸਿੰਘ ਪੁਰੀ ਜਿਹੜੇ ਸਾਡੇ ਮਿਨਿਸਟਰ ਨੇ, ਉਹਨਾਂ ਦੀ ਹੈਲਪ ਦੇ ਨਾਲ ਦੋ ਮੋਬਾਈਲ ਮੈਡੀਕਲ ਵੈਨਸ ਦਾ ਅੱਜ ਇਨੋਗਰੇਸ਼ਨ ਹੋਇਆ ਹੈ। ਔਰ ਡਾਕਟਰ ਅਵਤਾਰ ਸਿੰਘ ਜੋ ਮੈਡੀਸਿਟੀ ਵਾਲੇ ਨੇ, ਉਹ ਇਹਨਾਂ ਨੂੰ ਸਾਰਾ ਅੱਗੇ ਮੇਨਟੇਨ ਕਰਨਗੇ। ਸੋ ਮੈਂ ਹਰਦੀਪ ਸਿੰਘ ਪੁਰੀ ਜੀ ਔਰ ਡਾਕਟਰ ਅਵਤਾਰ ਸਿੰਘ ਜੀ ਦੋਨਾਂ ਨੂੰ ਮੁਬਾਰਕ ਦੇਣਾ, ਔਰ ਨਾਲ ਇਹ ਆਸ ਕਰਨਾ ਕਿ ਵੈਨਸ ਦੇ ਰਾਹੀਂ ਬਹੁਤ ਕੀਮਤੀ ਜ਼ਿੰਦਗੀਆਂ ਜਿਹੜੀਆਂ ਉਹ ਬਚਾਈਆਂ ਜਾ ਸਕਣ। ਨਹੀਂ, ਖੈਰ ਨਵਜੋਤ ਸਿੰਘ ਸਿੱਧੂ ਦੀ ਕਿਸੇ ਗੱਲ ਨੂੰ ਮੈਂ, ਉਹ ਇੱਕ ਪਾਕਿਸਤਾਨ ਦਾ ਬੁਲਾਰਾ ਹੈ, ਸਪੋਕਸਪਰਸਨ ਹੈ, ਮੈਂ ਆਈ ਡੋਂਟ ਈਵਨ ਵਿਸ਼ ਟੂ ਕਮੈਂਟ ਔਨ ਸੱਚ ਅ ਪਰਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਿੱਚ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਚੀਵਰਸ ਐਵਾਰਡ ਸਮਾਰੋਹ ਕਰਵਾਏ ਗਏ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ ਵੱਖ ਖੇਤਰਾਂ ਵਿੱਚ ਨਾਮਨਾ ਖੱਟਣ ਵਾਲੀਆਂ 550 ਸ਼ਖਸੀਅਤਾਂ ਦਾ ਸਨਮਾਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਸੰਬੋਧਨ ਕੀਤਾ, ਜਿਸ ਦੌਰਾਨ ਉਨ੍ਹਾਂ ਆਏ ਹੋਏ ਪਤਵੰਤਿਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਵੀ ਤਾਰੀਫ ਕੀਤੀ। ਇਸ ਮੌਕੇ ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਪੰਜਾਬ ਨਾਲ ਸੰਬੰਧਿਤ ਚੋਟੀ ਦੇ ਫੌਜੀ ਅਧਿਕਾਰੀ, ਸਾਹਿਤਕਾਰ, ਗਾਇਕ ਸ਼ਾਮਿਲ ਰਹੇ। ਇਸ ਮੌਕੇ ਅਮਰੀਕਾ ਵਿੱਚ ਸ਼ੂਗਰ ਅਤੇ ਥਾਇਰਾਇਡ ਵਿਸ਼ੇ ਵਿੱਚ ਫੈਲੋਸ਼ਿਪ ਹਾਸਲ ਕਰਨ ਵਾਲੀ ਸਟੇਟ ਐਵਾਰਡੀ ਡਾਕਟਰ ਇੰਦਰਪ੍ਰੀਤ ਕੌਰ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੌਰਾਨ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਡਾਇਰੈਕਟਰ ਮੈਡਮ ਜਸਵਿੰਦਰ ਕੌਰ ਦੱਦੀ ਨੂੰ ਵੀ ਸਨਮਾਨਿਤ ਕੀਤਾ ਗਿਆ। ਮੈਂ ਜੀ ਆਇਆਂ ਕਹਿੰਦਾ ਹਾਂ ਆਪਣੇ ਪੰਜਾਬ ਵੱਲੋਂ ਇਹ, ਔਰ ਅਸੀਂ ਸਾਰੇ ਬਹੁਤ ਹੀ ਇਸ ਦਿਨ ਦੇ ਦਿਹਾੜੇ ਤੇ ਜਿਹੜਾ ਹੁਣ ਪਹਿਲੇ ਪਾਤਸ਼ਾਹੀ ਦਾ ਗੁਰਪੁਰਬ ਹੈ, ਇਹਦੇ ਤੇ ਤੁਸੀਂ ਸ਼ੁਕਰ ਹੋ ਕੇ ਆਇਆ ਹੋ, ਸਾਰੇ ਦੁਨੀਆਂ ਚੋਂ ਚੰਗਾ ਕੰਮ ਛੱਡ ਕੇ ਇਹ ਆਪਣਾ ਫਰਜ਼ ਬਣਦਾ ਸੀ। ਲੇਕਿਨ ਫਿਰ ਵੀ ਮੈਨੂੰ ਦਿਲ ਭਰਦਾ ਦੇਖ ਕੇ ਕਿ ਲੋਕ ਦੇਖੋ ਜਿੱਥੇ ਵੀ ਹੋਣ, ਚਾਹੇ ਕੋਈ ਅਮਰੀਕਾ ਦੇ ਕਿਸੇ ਖੂੰਜੇ 'ਚ ਬੈਠਾ ਜਾਂ ਕੈਨੇਡਾ ਜਾਂ ਜਰਮਨੀ ਜਾਂ ਇਟਲੀ ਜਾਂ ਕਿਤੇ ਵੀ ਹੋਏ, ਅਫਰੀਕਾ ਦੇ ਕੋਈ ਏਰੀਆ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ, ਤੁਸੀਂ ਸਾਰਾ ਰਿਓ ਚੱਕ ਕੇ ਆਏ ਹੋ, ਔਰ ਵਾਹਿਗੁਰੂ ਨੇ ਤੁਹਾਡੀ ਕਿਰਪਾ ਕੀ ਹੈ। ਤੁਸੀਂ ਆਪਣੇ ਕੰਮਾਂ 'ਚ ਮਾਰੋ ਔਰ ਤੁਸੀਂ ਸੇਵਾ ਕਰੋ, ਔਰ ਸਾਡਾ ਨਾਂ, ਸਾਡੇ ਪੰਜਾਬ ਦਾ ਨਾਂ, ਸਾਡੀ ਕੌਮ ਦਾ ਨਾਂ ਤੁਸੀਂ ਰੋਸ਼ਨ ਕਰ ਦਿਓ। ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਨ੍ਹਾਂ
तीन दिनों विच पंजाब दा बठिंडा एक अजिहा जिला है जिस विच श्री गुरु नानक साहिब दे 550 साला प्रकाश पुरब नूं लैके सब तो ज्यादा एक्टिविटी की जा रही है। उन्होंने कहा कि जेकर पंजाब दे लोग श्री गुरु नानक देव जी दे विखाए रस्ते ते चलन तो पंजाब की तरक्की होण तो कोई नहीं रोक सकता। और अगले दो तीन दिन जेडे है बठिंडे दे विच जिहदे विच कि साइकिल रैली का भी इहतमाम होया, एक सूफी म्यूजिक का सूफी गाने जेडे खास करके पंजाब दे नाल जिन्हां दा तल्लक है वह भी होणगे, नाटक होणगे वगैरह वगैरह। तो मैनू लगता है कि सुल्तानपुर लोधी ते डेरा बाबा नानक तो बाद जे कितें जशन जेडे हो रहे हैं और वड्डे स्केल ते सरकारी तौर ते मनाए जा रहे तो बठिंडा शहर दे विच मनाए जा रहे हैं। और अज साइकिल रैली का जेड़ा मकसद ये भी सी कि गुरु साहब ने जो आबो हवा है वातावरण है उदे ते बड़ा इम्फसिस दिता है, अपने हाथ नाल कम करन ते बड़ा उन्होंने तवज्जो दिती है। सो अज सवेर तो लैके शाम तक कोई ना कोई प्रोग्राम जेड़े है वह बठिंडे शहर चलणगे। क्रिकेट का एक बड़ा जनून है बठिंडे च, ते वह क्रिकेट का टूरनामेंट भी जेड़ा वह भी अज कंकलूड हो रहा है, बहुत सारिया टीमां उहदे शिरकत कर रही हैं। रुका लेने कुछ होर अहम खबरां वल। भयानक चक्रवर्ती तूफान बुलबुल कारण ओडिशा समेत पश्चिमी बंगाल विच तीन लोगों की मौत होने की खबर है। इस चक्रवात ने दोवां सूबों के तटवर्ती जिलों में भारी तबाही मचाई ते दरख्तों के नाल हजारां घरां अते सैकड़े फोन टावरां नूं नुकसान पहुंचाया। केंद्रीय गृह मंत्रालय ने एतवार नूं यह जानकारी साझी की है। पश्चिमी बंगाल अते ओडिशा तो प्राप्त रिपोर्टां दा हवाला देंदे हुए मंत्रालय ने दस्सिया कि गंभीर चक्रवात बुलबुल बंगलादेश वल वध गया। हालांकि इसके प्रभाव के कारण पश्चिमी बंगाल के दक्षणी 24 परगनिया विच 80 किलोमीटर की रफ्तार नाल तेज हवावां चल रही ने। पश्चिमी बंगाल के बाशीर हाट विच तेज हवावां कारण एक रुख के डिगन कारण एक व्यक्ति की मौत होने की खबर भी सामने आई है। इस नाल ही ओडिशा विच दो लोगों के मारे जाने की खबर है। उन्हां विचों एक की डुबन कारण मौत हुई ते दूसरा कंध डिगन कारण मर गया। पश्चिमी बंगाल विच बुलबुल कारण कुल 7815 घरां नूं नुकसान पहुंचा अते लगभग 87 रुखां दे डिगण दी खबर है। मंत्रालय ने कहा कि इस तूफान कारण 95 फोन टावर भी नुकसान गए ने। इस विचाले प्रधानमंत्री नरेंद्र मोदी ने पश्चिमी बंगाल दी मुख्यमंत्री ममता बेनर्जी नाल गलबात कीती अते उन्हां नूं हर संभव मदद मुहैया प्रदान करन दा भरोसा दिता। झारखंड चोणां लई भारतीय जनता पार्टी ने अपने उम्मीदवारां दी पहली लिस्ट जारी कर दित्ती है जिस विच पार्टी ने 52 उम्मीदवारां दा ऐलान कीता है। जानकारी मुताबिक दिल्ली विच आयोजित कोर कमेटी की बैठक तो बाद इन उम्मीदवारां दे नाम ऐलाने गए। बैठक तो बाद भाजपा के कार्यकारी प्रधान जेपी नड्डा की अगवाई विच प्रेस कॉन्फ्रेंस हुई जिस विच 52 उम्मीदवारां दा ऐलान कीता गया जिस विच सब तो पहला नाम झारखंड दे मुख्यमंत्री रघुवर दा चक्करधरपुर विधानसभा सीट तो चोन लड़न बारे ऐलान कीता गया। जिक्र खासे कि झारखंड विधानसभा चोणां लई तरीकां दा ऐलान पहला तो ही हो चुका है। सूबे विच इस बार 81 विधानसभा सीटां लई 5 पड़ावां ते चोणां होणगियां जदकि वोटां दी गिनती 23 दिसंबर नूं होएगी। चोन कमिशन तो मिली जानकारी मुताबिक 30 नवंबर तो 20 दिसंबर तक वोटिंग होगी। झारखंड के चुनाव आ गए हैं और प्रथम फेज की लास्ट डेट ऑफ नॉमिनेशन 13 है, इसलिए हमको उस चुनाव की दृष्टि से उसको डिक्लेयर करना था और आज हम संडे को बैठे हैं और आपके सामने आए हैं। मैं देख रहा हूं कि समाज के सभी वर्गों का समर्थन रघुवर दास जी की सरकार को मिल रहा है और पिछले 5 सालों में भारतीय जनता पार्टी की सरकार के कारण एक सी चेंज वहां देखने को मिला है और लोगों का समर्थन भी उसी तरीके से उभर करके आया है। झारखंड वॉज नोन फॉर द हायर साइड ऑफ द करप्शन एंड लोअर साइड ऑफ द स्टेबिलिटी। 5 ईयर्स बैक इट वॉज नोन फॉर करप्शन एंड इनस्टेबिलिटी। टुडे झारखंड इज नोन फॉर स्टेबिलिटी, फॉर डेवलपमेंट अंडर द लीडरशिप ऑफ रघुवर दास एंड द करप्शन हैज बीन ब्रॉट डाउन। उसको कर्ब किया गया है, वो रोका गया है और प्रदेश अब विकास की ओर आगे बढ़ चला है। वेरी इंटरेस्टिंग थिंग इज दैट जिसको हम कहते हैं कि डबल इंजन की सरकार,
उसको सही रूप में हमको झारखंड में देखने को मिला। श्रोमणी अकाली दल के प्रधान सुखबीर सिंह बादल, साबका अकाली मंत्री बिक्रम सिंह मजीठिया दिया मुश्किलों वस सकदियां ने। पंजाब सरकार ने पिछले दिन सुखबीर बादल, बिक्रम मजीठिया ते कुल रोल लीडरों खिलाफ केस दर्ज किया है। यह व्यक्ति बेदबी ते गोली कांड की जांच कर रहे विशेष जांच टीम के मैंबर कुंवर विजय प्रताप की शिकायत से दर्ज होया, इसलिए इस काफी अहम मनिया जा रहा है। सूत्रों मुताबिक कैप्टन अमरिंदर सिंह ने आईजी रैंक के पुलिस अधिकारी कुंवर विजय प्रताप सिंह वालों सरकार को दी दरखास्त के आधार से यह मामला दायर करने की परवानगी दी है। मुख्यमंत्री की परवानगी मगरों गृह विभाग ने प्रोसीक्यूशन विभाग को यह शिकायत दायर कराने के निर्देश दिए सन। ओडिशा विधानसभा के स्पीकर सुर नारायण पात्रा सचखंड श्री दरबार साहब विखे मत्था टेकन पहुंचे। उन्होंने श्रद्धा सत्कार नाल दरबार साहब की परिक्रमा की। उन्होंने श्रोमणी कमेटी वालों सम्मानित भी किया गया। इस मौके उन्होंने श्रोमणी अकाली दल के सीनियर आगू गुलजार सिंह रनिके भी मौजूद रहे। सूडान में शहीद हुए मेजर रविंदर सिंह का अंतिम संस्कार पूरे सरकारी सम्मानों के नाल बठिंडा के शमशान घाट में होया। इस मौके शहीद रविंदर सिंह के परिवारिक मैंबर, रिश्तेदार, फौज के सीनियर अधिकारियों ने उन्होंने नम अखा नाल अंतिम विदाई दी। रविंदर सिंह के परिवारिक मैंबर रिटायर्ड कर्नल जगमीत सिंह ने दसिया कि रविंदर सिंह यूनाइटेड नेशन पीस फौज में तैनात सी अते 6 महीने पहला सूडान गया सी, जिथे उसकी तबीयत बिगड़ गई अते बीती 6 नवंबर नूं उसका देहांत हो गया। मेजर रवि इंदर सिंह संधू और यह अपने मुल्क वनियों सिलेक्ट होके यूनाइटेड नेशंस दे काम वास्ते गए थे सूडान दे विच, जिथे कि काफ़ी डिस्टर्बेंस है और अपनी फौज दियां उत्थे 2 बटालियंस लगियां हुई हैगियां। इन्हां दा काम उत्थे सीगा ए सिग्नल ऑफिसर होण करके आपदा सानू फौज वाले यह मतलब कम्युनिकेशन कवर देंदे है, कोई भी रेडियो सैट्स से गल करनी है, लैंडलाइन से गल करनी है या जिस किस्म दे नाल, क्योंकि सानू इस चीज़ की बहुत जरूरत होंदी है। ये आपकी ड्यूटी उत्थे निभा रहे थे जनरल साहब जे आए थे इत्थे अपने सब एरिया कमांडर जनरल मेहता, उन्होंने एक ही गल कहनी सी, कहिंदे सी कि आउटस्टैंडिंग अफसर असी आपकी फौज चो खो चुके हैं और सबनों इस गल का बहुत ही अफसोस हैगा। फौज वनियों हाँ माँ प्यो का और उन्होंने वाइफ का जोड़ा दुख हैगा वो तो मतलब उन्होंने किमें असी ठीक तरीके जायज़ ज़्यादा इज्जत दे सकते हैं वो सारी फौज ने दिती हैगी है। फिलहाल खबरों के इस बुलेटिन से इन्ना ही, अगले बुलेटिन फिर हाजिर होवांगे कुछ होर खास खबरों के नाल। तक ले जा सकते हो, धन्यवाद।